ਤਾਂ ਹੋਲੇ ਮੁਹੱਲੇ ਮੌਕੇ ਵੱਡਾ ਹਾਦਸਾ ਹੋਇਆ ਹੈ। ਨਿਹੰਗਾਂ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਹੈ। ਇੱਕ ਨਿਹੰਗ ਸਿੰਘ ਦੇ ਬੱਖੀ ਦੇ ਵਿੱਚ ਤੀਰ ਵੱਜ ਗਿਆ ਹੈ। ਪਤਾ ਨਹੀਂ ਕਿੰਜ ਵੱਜਿਆ ਪਰ ਤੀਰ ਵੱਜ ਕੇ ਟੁੱਟ ਗਿਆ ਹੈ। 4 ਇੰਚ ਅੰਦਰ ਇਹ ਤੀਰ ਵੜ ਕੇ ਬਾਹਰੋਂ ਜਿਹੜੀ ਉਸਦੀ ਡੰਡੀ ਹੁੰਦੀ ਆ ਉਹ ਟੁੱਟ ਗਈ ਹੈ। ਤਾਂ ਵੱਡਾ ਹਾਦਸਾ ਹੋਇਆ ਹੈ, ਜਿਸ ਤੋਂ ਬਾਅਦ ਨਿਹੰਗ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ। ਡਾਕਟਰ ਦੇਖ ਰਹੇ ਹੋ ਤੁਸੀਂ, ਡਾਕਟਰ ਦੇ ਹੱਥ ਦੇ ਵਿੱਚ ਫੜਿਆ ਇਹ ਉਹੀ ਤੀਰ ਹੈ ਜੋ ਨਿਹੰਗ ਸਿੰਘ ਦੇ ਵੱਜਿਆ ਅਤੇ ਨਿਹੰਗ ਸਿੰਘ ਦੀ ਬੱਖੀ ਦੇ ਵਿੱਚ ਤੀਰ ਵੱਜ ਕੇ ਟੁੱਟ ਗਿਆ ਹੈ। ਤਾਂ ਵੱਡੀ ਖਬਰ ਹੈ, ਹੋਲੇ ਮੁਹੱਲੇ ਦੇ ਵਿੱਚ ਵੱਡਾ ਕਾਂਡ ਹੋਇਆ ਹੈ। ਨਿਹੰਗ ਸਿੰਘ ਦੇ ਤੀਰ ਵੱਜਿਆ ਹੈ, 4 ਇੰਚ ਸਰੀਰ ਦੇ ਅੰਦਰ ਵੜ ਕੇ ਤੀਰ ਟੁੱਟ ਗਿਆ ਹੈ। ਨਿਹੰਗ ਸਿੰਘ ਦਰਦ ਦੇ ਨਾਲ ਤੜਫ ਰਿਹਾ ਸੀ, ਨਿਹੰਗ ਸਿੰਘ ਕਰਤੱਵ ਦਿਖਾ ਰਿਹਾ ਸੀ ਜਿਸ ਵੇਲੇ ਹਾਦਸਾ ਵਾਪਰਦਾ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਸ਼੍ਰੀ ਅਨੰਦਪੁਰ ਸਾਹਿਬ ਦੀਆਂ, ਜਿੱਥੇ ਹੋਲਾ ਮੁਹੱਲਾ 3 ਦਿਨਾਂ ਦਾ ਹੋਲਾ ਮੁਹੱਲਾ ਮਨਾਇਆ ਗਿਆ ਅਤੇ ਹੁਣ ਅਮਿੱਟ ਛਾਪ ਛੱਡਦਾ ਹੋਇਆ ਹੋਲਾ ਮੁਹੱਲਾ ਅਗਲੇ ਸਾਲ ਲਈ ਚਾਲੇ ਪੈ ਗਏ ਨੇ। ਤਾਂ ਦੱਸ ਦਈਏ ਕਿ ਨਿਹੰਗ ਸਿੰਘਾਂ ਦੇ ਵੱਲੋਂ ਵੱਡੇ ਵੱਡੇ ਕਰਤੱਵ ਦਿਖਾਏ ਜਾਂਦੇ ਨੇ ਅਤੇ ਇਹਨਾਂ ਕਰਤੱਵਾਂ ਦੇ ਵਿੱਚ ਵੀ ਤੀਰ ਅੰਦਾਜ਼ੀ ਹੁੰਦੀ ਹੈ ਅਤੇ ਤੀਰ ਅੰਦਾਜ਼ੀ ਦੇ ਦੌਰਾਨ ਇਸ ਜਿਹੜਾ ਨਿਹੰਗ ਸਿੰਘ ਤੁਹਾਨੂੰ ਤਸਵੀਰਾਂ ਦੇ ਵਿੱਚ ਦੇਖ ਰਿਹਾ ਇਸ ਦੀ ਬੱਖੀ ਦੇ ਵਿੱਚ ਤੀਰ ਵੱਜ ਗਿਆ, ਤੀਰ ਵੱਜ ਕੇ ਟੁੱਟ ਗਿਆ ਹੈ। ਤਾਂ ਵੱਡਾ ਹਾਦਸਾ ਹੋਇਆ ਹੈ। ਗੱਲ ਕਰੀਏ ਚਰਨ ਗੰਗਾ ਸਟੇਡੀਅਮ ਦੀ, ਤਾਂ ਚਰਨ ਗੰਗਾ ਸਟੇਡੀਅਮ ਵਿਖੇ ਭਾਰੀ ਇਕੱਠ ਹੋਇਆ। ਉੱਥੇ ਨਿਹੰਗ ਸਿੰਘਾਂ ਦੇ ਵੱਲੋਂ ਘੁੜਸਵਾਰੀ ਅਤੇ ਮਾਰਸ਼ਲ ਆਰਟ, ਸਿੱਖ ਮਾਰਸ਼ਲ ਆਰਟ ਤੁਸੀਂ ਕਹਿ ਸਕਦੇ ਹੋ, ਗੱਤਕੇ ਦੇ ਜੌਹਰ ਦਿਖਾਏ ਗਏ, ਘੋੜਸਵਾਰੀ ਕਰਕੇ ਦਿਖਾਈ ਗਈ। 4-4 ਘੋੜਿਆਂ 'ਤੇ ਇਕੱਲਾ ਨਿਹੰਗ ਸਿੰਘ ਦਿਖਾਇਆ ਗਿਆ। ਉਸੇ ਦੇ ਦਰਮਿਆਨ ਤੀਰ ਅੰਦਾਜ਼ੀ ਵੀ ਹੁੰਦੀ ਹੈ ਅਤੇ ਹਾਦਸਾ ਹੋ ਜਾਂਦਾ ਹੈ। ਇੱਕ ਨਿਹੰਗ ਸਿੰਘ ਦੀ ਬੱਖੀ ਦੇ ਵਿੱਚ ਤੀਰ ਵੱਜ ਗਿਆ ਹੈ। ਤੀਰ 4 ਇੰਚ ਅੰਦਰ ਤੱਕ ਵੜਿਆ ਹੋਇਆ ਹੈ ਸਰੀਰ ਦੇ ਅਤੇ ਹੁਣ ਓਪਰੇਸ਼ਨ ਕਰਕੇ ਇਸ ਤੀਰ ਨੂੰ ਬਾਹਰ ਕੱਢਿਆ ਜਾਵੇਗਾ। ਤਾਂ ਵੱਡਾ ਹਾਦਸਾ ਹੋਇਆ ਅਨੰਦਪੁਰ ਸਾਹਿਬ ਵਿਖੇ। ਤਾਂ ਹੋਲੇ ਮੁਹੱਲੇ ਮੌਕੇ ਵੱਡਾ ਹਾਦਸਾ ਹੋਇਆ ਹੈ। ਨਿਹੰਗਾਂ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਹੈ। ਇੱਕ ਨਿਹੰਗ ਸਿੰਘ ਦੇ ਬੱਖੀ ਦੇ ਵਿੱਚ ਤੀਰ ਵੱਜ ਗਿਆ ਹੈ। ਪਤਾ ਨਹੀਂ ਕਿੰਜ ਵੱਜਿਆ ਪਰ ਤੀਰ ਵੱਜ ਕੇ ਟੁੱਟ ਗਿਆ ਹੈ। 4 ਇੰਚ ਅੰਦਰ ਇਹ ਤੀਰ ਵੜ ਕੇ ਬਾਹਰੋਂ ਜਿਹੜੀ ਉਸਦੀ ਡੰਡੀ ਹੁੰਦੀ ਆ ਉਹ ਟੁੱਟ ਗਈ ਹੈ। ਤਾਂ ਵੱਡਾ ਹਾਦਸਾ ਹੋਇਆ ਹੈ, ਜਿਸ ਤੋਂ ਬਾਅਦ ਨਿਹੰਗ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ। ਡਾਕਟਰ ਦੇਖ ਰਹੇ ਹੋ ਤੁਸੀਂ, ਡਾਕਟਰ ਦੇ ਹੱਥ ਦੇ ਵਿੱਚ ਫੜਿਆ ਇਹ ਉਹੀ ਤੀਰ ਹੈ ਜੋ ਨਿਹੰਗ ਸਿੰਘ ਦੇ ਵੱਜਿਆ ਅਤੇ ਨਿਹੰਗ ਸਿੰਘ ਦੀ ਬੱਖੀ ਦੇ ਵਿੱਚ ਤੀਰ ਵੱਜ ਕੇ ਟੁੱਟ ਗਿਆ ਹੈ। ਤਾਂ ਵੱਡੀ ਖਬਰ ਹੈ, ਹੋਲੇ ਮੁਹੱਲੇ ਦੇ ਵਿੱਚ ਵੱਡਾ ਕਾਂਡ ਹੋਇਆ ਹੈ। ਨਿਹੰਗ ਸਿੰਘ ਦੇ ਤੀਰ ਵੱਜਿਆ ਹੈ, 4 ਇੰਚ ਸਰੀਰ ਦੇ ਅੰਦਰ ਵੜ ਕੇ ਤੀਰ ਟੁੱਟ ਗਿਆ ਹੈ। ਨਿਹੰਗ ਸਿੰਘ ਦਰਦ ਦੇ ਨਾਲ ਤੜਫ ਰਿਹਾ ਸੀ, ਨਿਹੰਗ ਸਿੰਘ ਕਰਤੱਵ ਦਿਖਾ ਰਿਹਾ ਸੀ ਜਿਸ ਵੇਲੇ ਹਾਦਸਾ ਵਾਪਰਦਾ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਸ਼੍ਰੀ ਅਨੰਦਪੁਰ ਸਾਹਿਬ ਦੀਆਂ, ਜਿੱਥੇ ਹੋਲਾ ਮੁਹੱਲਾ 3 ਦਿਨਾਂ ਦਾ ਹੋਲਾ ਮੁਹੱਲਾ ਮਨਾਇਆ ਗਿਆ ਅਤੇ ਹੁਣ ਅਮਿੱਟ ਛਾਪ ਛੱਡਦਾ ਹੋਇਆ ਹੋਲਾ ਮੁਹੱਲਾ ਅਗਲੇ ਸਾਲ ਲਈ ਚਾਲੇ ਪੈ ਗਏ ਨੇ। ਤਾਂ ਦੱਸ ਦਈਏ ਕਿ ਨਿਹੰਗ ਸਿੰਘਾਂ ਦੇ ਵੱਲੋਂ ਵੱਡੇ ਵੱਡੇ ਕਰਤੱਵ ਦਿਖਾਏ ਜਾਂਦੇ ਨੇ ਅਤੇ ਇਹਨਾਂ ਕਰਤੱਵਾਂ ਦੇ ਵਿੱਚ ਵੀ ਤੀਰ ਅੰਦਾਜ਼ੀ ਹੁੰਦੀ ਹੈ ਅਤੇ ਤੀਰ ਅੰਦਾਜ਼ੀ ਦੇ ਦੌਰਾਨ ਇਸ ਜਿਹੜਾ ਨਿਹੰਗ ਸਿੰਘ ਤੁਹਾਨੂੰ ਤਸਵੀਰਾਂ ਦੇ ਵਿੱਚ ਦੇਖ ਰਿਹਾ ਇਸ ਦੀ ਬੱਖੀ ਦੇ ਵਿੱਚ ਤੀਰ ਵੱਜ ਗਿਆ, ਤੀਰ ਵੱਜ ਕੇ ਟੁੱਟ ਗਿਆ ਹੈ। ਤਾਂ ਵੱਡਾ ਹਾਦਸਾ ਹੋਇਆ ਹੈ। ਗੱਲ ਕਰੀਏ ਚਰਨ ਗੰਗਾ ਸਟੇਡੀਅਮ ਦੀ, ਤਾਂ ਚਰਨ ਗੰਗਾ ਸਟੇਡੀਅਮ ਵਿਖੇ ਭਾਰੀ ਇਕੱਠ ਹੋਇਆ। ਉੱਥੇ ਨਿਹੰਗ ਸਿੰਘਾਂ ਦੇ ਵੱਲੋਂ ਘੋੜਸਵਾਰੀ ਅਤੇ ਮਾਰਸ਼ਲ ਆਰਟ, ਸਿੱਖ ਮਾਰਸ਼ਲ ਆਰਟ ਤੁਸੀਂ ਕਹਿ ਸਕਦੇ ਹੋ, ਗੱਤਕੇ ਦੇ ਜੌਹਰ ਦਿਖਾਏ ਗਏ, ਘੋੜਸਵਾਰੀ ਕਰਕੇ ਦਿਖਾਈ ਗਈ। 4-4 ਘੋੜਿਆਂ 'ਤੇ ਇਕੱਲਾ ਨਿਹੰਗ ਸਿੰਘ ਦਿਖਾਇਆ ਗਿਆ। ਉਸੇ ਦੇ ਦਰਮਿਆਨ ਤੀਰ ਅੰਦਾਜ਼ੀ ਵੀ ਹੁੰਦੀ ਹੈ ਅਤੇ ਹਾਦਸਾ ਹੋ ਜਾਂਦਾ ਹੈ। ਇੱਕ ਨਿਹੰਗ ਸਿੰਘ ਦੀ ਬੱਖੀ ਦੇ ਵਿੱਚ ਤੀਰ ਵੱਜ ਗਿਆ ਹੈ। ਤੀਰ 4 ਇੰਚ ਅੰਦਰ ਤੱਕ ਵੜਿਆ ਹੋਇਆ ਹੈ ਸਰੀਰ ਦੇ ਅਤੇ ਹੁਣ ਓਪਰੇਸ਼ਨ ਕਰਕੇ ਇਸ ਤੀਰ ਨੂੰ ਬਾਹਰ ਕੱਢਿਆ ਜਾਵੇਗਾ। ਤਾਂ ਵੱਡਾ ਹਾਦਸਾ ਹੋਇਆ ਅਨੰਦਪੁਰ ਸਾਹਿਬ ਵਿਖੇ।
ਤਾਂ ਹੋਲੇ ਮੁਹੱਲੇ ਮੌਕੇ ਵੱਡਾ ਹਾਦਸਾ ਹੋਇਆ ਹੈ। ਨਿਹੰਗਾਂ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਹੈ। ਇੱਕ ਨਿਹੰਗ ਸਿੰਘ ਦੇ ਬੱਖੀ ਦੇ ਵਿੱਚ ਤੀਰ ਵੱਜ ਗਿਆ ਹੈ। ਪਤਾ ਨਹੀਂ ਕਿੰਜ ਵੱਜਿਆ ਪਰ ਤੀਰ ਵੱਜ ਕੇ ਟੁੱਟ ਗਿਆ ਹੈ। 4 ਇੰਚ ਅੰਦਰ ਇਹ ਤੀਰ ਵੜ ਕੇ ਬਾਹਰੋਂ ਜਿਹੜੀ ਉਸਦੀ ਡੰਡੀ ਹੁੰਦੀ ਆ ਉਹ ਟੁੱਟ ਗਈ ਹੈ। ਤਾਂ ਵੱਡਾ ਹਾਦਸਾ ਹੋਇਆ ਹੈ, ਜਿਸ ਤੋਂ ਬਾਅਦ ਨਿਹੰਗ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ। ਡਾਕਟਰ ਦੇਖ ਰਹੇ ਹੋ ਤੁਸੀਂ, ਡਾਕਟਰ ਦੇ ਹੱਥ ਦੇ ਵਿੱਚ ਫੜਿਆ ਇਹ ਉਹੀ ਤੀਰ ਹੈ ਜੋ ਨਿਹੰਗ ਸਿੰਘ ਦੇ ਵੱਜਿਆ ਅਤੇ ਨਿਹੰਗ ਸਿੰਘ ਦੀ ਬੱਖੀ ਦੇ ਵਿੱਚ ਤੀਰ ਵੱਜ ਕੇ ਟੁੱਟ ਗਿਆ ਹੈ। ਤਾਂ ਵੱਡੀ ਖਬਰ ਹੈ, ਹੋਲੇ ਮੁਹੱਲੇ ਦੇ ਵਿੱਚ ਵੱਡਾ ਕਾਂਡ ਹੋਇਆ ਹੈ। ਨਿਹੰਗ ਸਿੰਘ ਦੇ ਤੀਰ ਵੱਜਿਆ ਹੈ, 4 ਇੰਚ ਸਰੀਰ ਦੇ ਅੰਦਰ ਵੜ ਕੇ ਤੀਰ ਟੁੱਟ ਗਿਆ ਹੈ। ਨਿਹੰਗ ਸਿੰਘ ਦਰਦ ਦੇ ਨਾਲ ਤੜਫ ਰਿਹਾ ਸੀ, ਨਿਹੰਗ ਸਿੰਘ ਕਰਤੱਵ ਦਿਖਾ ਰਿਹਾ ਸੀ ਜਿਸ ਵੇਲੇ ਹਾਦਸਾ ਵਾਪਰਦਾ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਸ਼੍ਰੀ ਅਨੰਦਪੁਰ ਸਾਹਿਬ ਦੀਆਂ, ਜਿੱਥੇ ਹੋਲਾ ਮੁਹੱਲਾ 3 ਦਿਨਾਂ ਦਾ ਹੋਲਾ ਮੁਹੱਲਾ ਮਨਾਇਆ ਗਿਆ ਅਤੇ ਹੁਣ ਅਮਿੱਟ ਛਾਪ ਛੱਡਦਾ ਹੋਇਆ ਹੋਲਾ ਮੁਹੱਲਾ ਅਗਲੇ ਸਾਲ ਲਈ ਚਾਲੇ ਪੈ ਗਏ ਨੇ। ਤਾਂ ਦੱਸ ਦਈਏ ਕਿ ਨਿਹੰਗ ਸਿੰਘਾਂ ਦੇ ਵੱਲੋਂ ਵੱਡੇ ਵੱਡੇ ਕਰਤੱਵ ਦਿਖਾਏ ਜਾਂਦੇ ਨੇ ਅਤੇ ਇਹਨਾਂ ਕਰਤੱਵਾਂ ਦੇ ਵਿੱਚ ਵੀ ਤੀਰ ਅੰਦਾਜ਼ੀ ਹੁੰਦੀ ਹੈ ਅਤੇ ਤੀਰ ਅੰਦਾਜ਼ੀ ਦੇ ਦੌਰਾਨ ਇਸ ਜਿਹੜਾ ਨਿਹੰਗ ਸਿੰਘ ਤੁਹਾਨੂੰ ਤਸਵੀਰਾਂ ਦੇ ਵਿੱਚ ਦੇਖ ਰਿਹਾ ਇਸ ਦੀ ਬੱਖੀ ਦੇ ਵਿੱਚ ਤੀਰ ਵੱਜ ਗਿਆ, ਤੀਰ ਵੱਜ ਕੇ ਟੁੱਟ ਗਿਆ ਹੈ। ਤਾਂ ਵੱਡਾ ਹਾਦਸਾ ਹੋਇਆ ਹੈ। ਗੱਲ ਕਰੀਏ ਚਰਨ ਗੰਗਾ ਸਟੇਡੀਅਮ ਦੀ, ਤਾਂ ਚਰਨ ਗੰਗਾ ਸਟੇਡੀਅਮ ਵਿਖੇ ਭਾਰੀ ਇਕੱਠ ਹੋਇਆ। ਉੱਥੇ ਨਿਹੰਗ ਸਿੰਘਾਂ ਦੇ ਵੱਲੋਂ ਘੁੜਸਵਾਰੀ ਅਤੇ ਮਾਰਸ਼ਲ ਆਰਟ, ਸਿੱਖ ਮਾਰਸ਼ਲ ਆਰਟ ਤੁਸੀਂ ਕਹਿ ਸਕਦੇ ਹੋ, ਗੱਤਕੇ ਦੇ ਜੌਹਰ ਦਿਖਾਏ ਗਏ, ਘੋੜਸਵਾਰੀ ਕਰਕੇ ਦਿਖਾਈ ਗਈ। 4-4 ਘੋੜਿਆਂ 'ਤੇ ਇਕੱਲਾ ਨਿਹੰਗ ਸਿੰਘ ਦਿਖਾਇਆ ਗਿਆ। ਉਸੇ ਦੇ ਦਰਮਿਆਨ ਤੀਰ ਅੰਦਾਜ਼ੀ ਵੀ ਹੁੰਦੀ ਹੈ ਅਤੇ ਹਾਦਸਾ ਹੋ ਜਾਂਦਾ ਹੈ। ਇੱਕ ਨਿਹੰਗ ਸਿੰਘ ਦੀ ਬੱਖੀ ਦੇ ਵਿੱਚ ਤੀਰ ਵੱਜ ਗਿਆ ਹੈ। ਤੀਰ 4 ਇੰਚ ਅੰਦਰ ਤੱਕ ਵੜਿਆ ਹੋਇਆ ਹੈ ਸਰੀਰ ਦੇ ਅਤੇ ਹੁਣ ਓਪਰੇਸ਼ਨ ਕਰਕੇ ਇਸ ਤੀਰ ਨੂੰ ਬਾਹਰ ਕੱਢਿਆ ਜਾਵੇਗਾ। ਤਾਂ ਵੱਡਾ ਹਾਦਸਾ ਹੋਇਆ ਅਨੰਦਪੁਰ ਸਾਹਿਬ ਵਿਖੇ।